ਨਦੀ ਅਪਰਪਾਰ ਕਿਰਪਾ ਸੰਤੋ ਪ੍ਰਵਾਰ ਸੰਤੋ ਪਤੀ ਵੀ ਇਸ ਨਗਰ ਦੇ ਵਿੱਚ ਬਾਦੀਆ ਕਹਿੰਦੇ ਜਿੱਥੇ ਮਨ ਮੰਗੀਏ ਜਿਹੜੇ ਦਰ ਤੇ ਜਾ ਕੇ ਮਨ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਸੋ ਧੰਨਵਾਦ ਕਰਦੇ ਆ ਜੀ ਇਹਨੂੰ ਆਖਦੇ ਆ ਯੋਧਾ ਸਾਡਾ ਵੀਰ ਕੌਂਕਿਆਂ ਵਾਲਾ ਲਾਈ ਤੱਕ ਰਿਹਾ ਧੰਨਵਾਦ ਕੌਂਕਿਆਂ ਤੋਂ ਯੋਧਾ ਵੀਰ ਸਾਡਾ ਜੀਆਂ ਨੂੰ ਆਖਦੇ ਆ ਪੁੱਤਰੋ ਜਿਹੜੇ ਸਟੇਜ ਤੇ ਆਪਣੇ ਨਾਮ ਲੈ ਲੈਣ ਕਮੇਟੀ ਵਾਲੇ ਇੱਕ ਵਾਰ ਫਿਰ ਸਾਡੇ ਵੱਲੋਂ ਸਾਰੇ ਲਾਈਟਾਂ ਵਾਲਿਆਂ ਨੂੰ ਸਟੇਜ ਤੇ ਬੇਨਤੀ ਆ ਕਿ ਲਾਈਟਾਂ ਜਿਹੜੀਆਂ ਸਟੇਜ ਵੱਲ ਘੁਮਾ ਦਿੱਤੀਆਂ ਜਾਣ ਤੇ ਇਨਾਮ ਜਿਹੜੇ ਸਟੇਜ ਤੇ ਵੰਡੇ ਜਾਣੇ ਆ ਆ ਯਾਰ ਬਾਈ ਮੈਕ ਫੜ ਲਾ ਉਹਦੇ ਆ ਕੇ ਹਾਂਜੀ ਆ ਮੈਕ ਸਟੇਜ ਤੇ ਲੈ ਜਾਓ ਜੀ ਇੱਕ ਆ ਮੈਕ ਆ ਭੇਜ ਦਿਓ ਜੀ ਜਿੰਮੇ ਦੀ ਟੀਮ ਨੂੰ ਮੁਬਾਰਕਬਾਦ ਹੈ ਜੀ ਬਹੁਤ ਵਧੀਆ ਮੈਚ ਲੱਗਾ ਬਲਕਾਰ ਸਾਡਾ ਵੀ ਲਾਈਵ ਤੱਕ ਰਿਹਾ ਹੈ ਬਲਕਾਰ ਸਾਡਾ ਵੀ ਜਰਮਨ ਵਾਲਾ ਲਾਈਵ ਤੱਕ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਸਾਰੀ ਜਿੰਨੇ ਵੀ ਕਬੱਡੀ ਪ੍ਰੇਮੀ ਪੁੱਜਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਜੀ ਐਂ ਨੂੰ ਆਖਿਆ ਜਾਂਦਾ ਮੰਦਰ ਬਰਾੜ ਸਾਡਾ ਵੀਰ ਮੰਦਰ ਬਰਾੜ ਹੈਲੋ ਅਮਰਤ ਚੀਮਾ ਵਸੀਆਂ ਵਾਲਾ ਸਾਡਾ ਯਾਰ ਦੋਵੇਂ ਟੀਮਾਂ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਦੋਵੇਂ ਟੀਮਾਂ ਤੇ ਸਾਡੀ ਜਿਹੜੀ ਕਮੇਟੀ ਆ ਸਾਰੀ ਕਮੇਟੀ ਸਟੇਜ ਕੋਲੇ ਪਹੁੰਚੇ ਇੱਕ ਮਿੰਟ ਮੈਂ ਬੋਲ ਗਏ ਤੜਕੇ ਤਾਂ ਬੋਲੀ ਹਾਂਜੀ ਇੱਥੇ ਚੱਕ ਲਓ ਆ ਹਾਂਜੀ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਸੰਤ ਬਾਬਾ ਮਲਕੀਤ ਦਾਸ ਜੀ ਜਿਨ੍ਹਾਂ ਨੇ ਲੰਮੇ ਟਾਈਮ ਤੋਂ ਸਾਡੇ ਦਰਮਿਆਨ ਬੈਠੇ ਆ ਨਾਲ ਹੀ ਅਸੀਂ ਧੰਨਵਾਦੀ ਹਾਂ ਬੀਬੀ ਅਮਰਜੀਤ ਕੌਰ ਨਾਲ ਹੀ ਅਸੀਂ ਧੰਨਵਾਦੀ ਹਾਂ ਸਰਦਾਰ ਸੁਖਦੇਵ ਸਿੰਘ ਸਰਪੰਚ ਸਰਦਾਰ ਸਤਨਾਮ ਸਿੰਘ ਜੀ ਬਰਾੜ ਸਾਹਿਬ ਬਿੱਟੂ ਸਿੰਘ ਜੀ ਬਰਾੜ ਕੁਲਦੀਪ ਸਿੰਘ ਜੀ ਮੈਂਬਰ ਜੱਸਾ ਸਿੰਘ ਜੀ ਡਾਕਟਰ ਸਰਦਾਰ ਲਕਸ਼ਮਣ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਸਰਦਾਰ ਮੇਜਰ ਸਿੰਘ ਜੀ ਤੁਹਾਨੂੰ ਸਨਮਾਨ ਕਰਨਗੇ ਠੀਕ ਹੈ ਜੀ ਹਾਂਜੀ ਹਾਂਜੀ ਸ਼ੋਅ ਜਿੱਤੋ